बन गए ना गठड़ी बन बन गए तो बंदर घुमा के तेरे मुंह ते मार दे बंदर मुंह ते मार दे ਤੁਸੀਂ ਕਿਤੇ ਡਿਸਕਵਰੀ ਚੈਨਲ ਤੇ ਦਿਓ ਲੈ ਬਾਂਦਰ ਨੇ ਬੱਚਾ ਦਿੱਤਾ ਉਹ ਜਿੱਦਾਂ ਦਾ ਜੀ ਸਤਿ ਸ਼੍ਰੀ ਅਕਾਲ ਤੇ ਅਸਲਾਮ ਵਾਲੇਕੁਮ ਕੀ ਹਾਲ ਸਾਰੇ ਸੱਜਣਾ ਪਿਆਰਿਆਂ ਦਾ ਸਾਨੂੰ ਵੇਖਣ ਵਾਲਿਆਂ ਦਾ ਪਿਆਰ ਕਰਨ ਵਾਲਿਆਂ ਦਾ ਤੁਹਾਨੂੰ ਦਿਲੋਂ ਸਵਾਗਤ ਖੁਸ਼ਾਮਦੀਦ ਵੈਲਕਮ ਪ੍ਰੀਤ ਬਾਨੀ ਰਿਐਕਟਸ ਤੇ ਯਾਦ ਹੈ ਮੈਂ ਪਹਿਲਾਂ ਬੋਲਿਆ ਕਰਦਾ ਸੀ ਇਦਾਂ ਹਾਂ ਬੋਲਿਆ ਕਰਦੇ ਸੀਗੇ ਤੁਸੀਂ ਇਦਾਂ ਪਹਿਲਾਂ ਤੇ ਗਾਈਜ਼ ਅੱਜ ਅਸੀਂ ਲੈ ਕੇ ਹਾਜ਼ਰ ਦੁਬਾਰਾ ਤੋਂ ਕਿਹਦੀ ਵੀਡੀਓ ਹਾਏ ਹਾਏ ਕਿਹੜੀ ਵੀਡੀਓ ਲਿਆਈ ਅੱਜ ਅੱਜ ਅਸੀਂ ਲੈ ਕੇ ਆਏ ਹਾਂ ਰਾਣਾ ਸਾਹਿਬ ਅਤੇ ਉਹਨਾਂ ਦੀ ਜੋ ਹੈ ਟੀਮ ਤਾਂ ਕੀ ਕਹਿਣਾ ਉਹ ਵਿਚਾਰੇ ਤਿੰਨ ਪਿਆਰੇ ਬੰਦੇ ਜਿਹੜੇ ਹੈਗੇ ਉਹਨਾਂ ਦੀ ਵੀਡੀਓ ਹੈਗੀ ਹੈ ਅਤੇ ਅੱਜ ਦੀ ਵੀਡੀਓ ਕੁਛ ਐਕਸਕਲੂਸਿਵ ਹੋਣ ਵਾਲੀ ਤੁਸੀਂ ਅੰਦਾਜ਼ਾ ਲਾ ਹੀ ਲਿਆਉਣਾ ਕਿ ਆਪਣੇ ਖਵਾਜਾ ਸਰਾ ਹੋਣੀ ਵੀ ਹੋਣਗੇ ਵੀਡੀਓ ਦੇ ਵਿੱਚ ਅਤੇ ਦੇਖਦੇ ਹਾਂ ਕਿ ਕੀ ਰੰਗ ਲਾਉਂਦੀ ਹੈ ਵੀਡੀਓ ਵੀਡੀਓ ਲੰਬੀ ਹੈ ਐਂਡ ਤੱਕ ਬਣੇ ਰਹਿਣਾ ਜੁੜੇ ਰਹਿਣਾ ਬਾਕੀ ਦੀ ਗੱਲਬਾਤ ਕਰਦੇ ਹਾਂ ਲਾਸਟ ਦੇ ਵਿੱਚ ਸਾਨੂੰ ਇੱਕ ਕਮੈਂਟ ਆਇਆ ਸੀਗਾ ਭਾਅ ਜੀ ਨੇ ਕਿਹਾ ਭਾਅ ਜੀ ਤੁਸੀਂ ਜੋ ਮਰਜ਼ੀ ਵੀਡੀਓ ਬਣਾਓ ਕੁਛ ਵੀ ਬਣਾਓ ਅਸੀਂ ਸਭ ਕੁਝ ਦੇਖਣ ਨੂੰ ਤਿਆਰ ਹਾਂ ਅਤੇ ਭਾਅ ਜੀ ਤੁਹਾਡੇ ਇਹਨਾਂ ਸ਼ਬਦਾਂ ਦਾ ਨਾ ਦਿਲੋਂ ਥੈਂਕ ਯੂ ਲਵ ਯੂ ਅਤੇ ਇਸੇ ਕਰਕੇ ਨਾ ਅਸੀਂ ਤੁਹਾਡੇ ਸਾਹਮਣੇ ਰੋਜ਼ ਆ ਜਾਂਦੇ ਹਾਂ ਅਤੇ ਸਟਾਰਟ ਕਰਦੇ ਹਾਂ ਵੀਡੀਓ ਦੂਜੇ ਪਾਸੇ ਮਿਲਦੇ ਵੀਡੀਓ ਅੱਜ ਲੰਬੀ ਹੈ ਅਤੇ ਪੂਰੀ ਭਾਈ ਕਿਆ ਗੈਟਅਪ ਲਿਆ ਮਜ਼ੇਦਾਰ ਹੋਣ ਲੱਗਾ ਵਾਈਟ ਵਾਲੇ ਫੋਨ ਆ ਗਿਆ ਨੀ ਫੋਨ ਆਇਆ ਨੀ ਕਿਤੇ ਕੰਮ ਵਾਲਿਆਂ ਦਾ ਨਾ ਹੋਵੇ ਸ਼ੁਕਰ ਕਰ ਨੀ ਫੋਨ ਆਇਆ ਵਾ ਹੈਲੋ ਅਸਲਾਮ ਅਲੈਕੁਮ ਮੈਂ ਗੁਰੂ ਬੋਲ ਰਿਹਾ ਮੈਂ ਕਹਿੰਦਾ ਹਾਂਜੀ ਗੁਰੂ 320 ਹਾਏ ਮੈਂ ਮਰ ਗਈ ਹਾਏ ਕੀ ਤੇ ਤੁਸੀਂ ਤੁਸੀਂ ਰਾਣਾ ਸਾਹਿਬ ਬਾਹਰ ਕੋ ਖੜੇ ਹੋ ਰਾਣਾ ਸਾਹਿਬ ਆਏ ਨੇ ਆ ਜਾਓ ਅੰਦਰ ਆਓ ਨੀ ਚੁੱਪ ਕੇ ਰੱਖੋ ਨੀ ਕੰਮ ਆਇਆ ਭਾਈ ਨੇ ਪੁੱਠਾ ਹੋਰ ਬੜੇ ਦੇਖਿਆ ਮੈਂ ਫੜ ਲਿਆ ਭਰ ਕੇ ਆ ਰਾਣਾ ਸਾਹਿਬ ਆ ਕੇ ਖੇਲ ਕਰ ਭਰ ਕੇ ਆ ਥੋੜੀ ਲੱਗ ਰਿਹਾ ਭਾਈ ਦੇ ਸਵਾਗਤ ਤੇ ਚੱਲ ਰਹੇ ਗਾਣ ਤੇਰੀ ਬੇਪਰਵਾਹੀ ਸਜਣਾ ਮੈਨੂੰ ਮਾਰ ਗਈ ਤੇਰੇ ਨਾਲ ਮਲਾਈਆਂ ਪੱਤੀਆਂ ਭਾਜੀ ਸੋਹਣੇ ਬਹੁਤ ਲੱਗ ਰਹੇ ਬਹੁਤ ਸੋਹਣੇ ਲੱਗ ਰਹੇ ਭਾਈ ਦੀ ਪਰਸਨੈਲਿਟੀ ਇਹੀ ਕਰਨ ਲੱਗ ਰਹੀ ਹੈ ਇਸ ਵੇਲੇ ਤੇਰੀ ਬੇਪਰਵਾਹੀ ਸੱਜਣਾ ਓਏ ਹੋਏ ਹੋਏ ਹਾਏ 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 ਹਟ ਗਿਆ ਮੇਰਾ ਸਭ ਆਇਆ ਭਾਈ ਅੱਜ ਹੀ ਇਹ ਸ਼ੁਰੂਆਤ ਵੀਡੀਓ ਦੀ ਓਏ ਹੋਏ ਆ ਨੋਟ ਉਡਾਉਣ ਦਾ ਸਟਾਈਲ ਰਾਣਾ ਸਾਹਿਬ ਬੰਦੇ ਰਾਣਾ ਸਾਹਿਬ ਸੱਟ ਗਿਆ ਰਾਣਾ ਸਾਹਿਬ ਨੇ ਸਦਕੇ ਸਦਕੇ ਪ੍ਰੋਪਰ ਘੁੱਟ ਹੋ ਰਹੀ ਹੈ ਵਿੱਚ ਸੱਜਣਾ ਮੈਨੂੰ ਹਾਰ ਗਈ ਚੁੱਪੇ ਰੱਖ ਜਰਾ ਲੈ ਅੜ ਗਿਆ ਸੱਜਣਾ ਮਿਊਜ਼ਿਕ ਨਾਲ ਨਾ ਇੱਕ ਵੱਖਰੀ ਜਾਨ ਆ ਜਾਂਦੀ ਹੈ ਇਹਦਾ ਰਸਾ ਆਏ ਜਰਾ ਹੈ ਰਸਾ ਵਾ 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 ਵਾ
ਕਾਜ ਮਨੋਰੰਜਨ ਵਾਲਾ ਹੀ ਪੂਰੀ ਸੇਵਾ ਹੋ ਰਹੀ ਹੈ ਰਾਣਾ ਸਾਹਿਬ ਦੀ ਰਾਣਾ ਸਾਹਿਬ ਦੀ ਫੁੱਲ ਸੇਵਾ ਸਾਡੇ ਸਾਰੇ ਨੋਟ ਮਾਰ ਰਹੇ ਆਪਾਂ ਕਰ ਵਾ 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 ਆਏ ਆਏ ਬੱਤੇ ਮੁਦੀ ਜਿੰਨੇ ਰਾਣਾ ਸਾਹਿਬ ਸਾਡੇ ਰਾਣਾ ਸਾਹਿਬ ਨੇ ਸਾਰੇ ਨੋਟ ਪੂਰੇ ਕਰ ਲੈਣੇ ਉਹ ਨਜ਼ਰ ਨਹੀਂ ਆਈ ਸੇਵੇ ਪੱਜ ਪੈ ਜਿਹਦੀ ਬਾਣੀ ਨਹੀਂ ਕਿਸਾਰੇ ਸਾਰੇ ਘਰ ਦੇ ਖੱਟੇ ਰਾਣਾ ਨਾਲ ਮੱਲੇ ਸਾਰੇ ਦੇ ਆਹਾ ਹਾ ਹਾ ਵਾ ਵਾ ਮੇਰੇ ਤਾਂ ਭਾਈ ਨੂੰ ਹਾਸਾ ਆ ਗਿਆ ਸੀਗਾ ਤੇਰਾ ਨਾਮ ਹੁਣ ਬਣ ਗਿਆ लग रहे पानी मेरा बड़ा मन कर रहा है अच्छा पैसे दे रहे ना गाना लंबा हो जा रहा है ਕੁੱਕ ਬਮਾਨ ਨੀ ਹੈਗੀ ਰਾਣਾ ਸਾਹਿਬ ਕੁੱਕ ਨੂੰ ਨੀ ਜਾਣਦੇ ਬਹੁਤ ਸੋਹਣੀ ਲੱਗਣ ਡਈ ਇਹ ਤੇ ਤੁਹਾਨੂੰ ਪਤਾ ਨੀ ਇੰਨਾ ਬਿਮਾਰ ਰਹੀ ਹੈ ਇਹਦੀ ਤੇ ਵੱਡੇ ਬੁਖਾਰ ਨੇ ਮੱਤ ਮਾਰਤੀ ਹਾਂ ਪਹਿਲਾਂ ਬਸ਼ੀਰ ਖੰਡੇ ਨੇ ਮਾਰਤੀ ਸੀ ਹੁਣ ਵੱਡੇ ਬੁਖਾਰ ਨੇ ਇਹ ਤੇ ਮੈਂ ਤਾਂ ਰਾਣਾ ਸਾਹਿਬ ਇਲਾਜ ਕਰਵਾਇਆ ਇਹ ਤੇ ਤੁਸੀਂ ਕਿਤੇ ਪਹਿਲਾਂ ਵੇਖਦੇ ਤਾਂ ਬਦੂ ਕਰਕੇ ਮੂੰਹ ਹੋਇਆ ਸੀ ਤੈਨੂੰ ਵੇਖੇ ਹੁਣ ਰਾਣਾ ਸਾਹਿਬ ਨੇ ਸਿਰੀ ਸਿੱਟਣ ਤੁਰ ਪੈਣਾ ਸੀ ਜਿੱਡੀ ਡਰਾਣੀ ਡਰਾਉਣੀ ਤੇਰੀ ਸ਼ਕਲ ਸੀ ਸਿਰੀਆਂ ਖਾ ਖਾ ਕੇ ਤੇਰੀ ਏਡੀ ਸਿਹਤ ਹੋਈ ਆ ਹੁਣ ਤੇ ਮਾਸ਼ਾਅੱਲਾ ਮੂੰਹ ਮੱਥੇ ਲੱਗਦੀ ਹੈ ਨਹੀਂ ਨਹੀਂ ਸੋਣੀ ਇੱਧਰ ਦੇਖੋਗਾ ਚੰਦ ਚੜਿਆ ਇਹ ਮੇਰੀ ਆਰਫਸ ਦੀ ਕੀ ਹੈ ਅੱਛਾ ਰਾਣਾ ਸਾਹਿਬ ਇਹਨੇ ਤੇ ਮੇਰੇ ਮਾਨਾ ਸਾਰੇ ਕਰਜ਼ੇ ਲਾਤੇ ਨੇ ਅੱਛਾ ਇਹ ਜਿਉਂ ਜਵਾਨ ਮਾਸ਼ਾਅੱਲਾ ਉੱਠੀ ਹੈ ਇਹਨੇ ਮੇਰੇ ਸਾਰੇ ਕਰਜ਼ੇ ਲਾਤੇ ਇਹਨੇ ਜਿਹੜੇ ਚੜਾਏ ਸੀ ਨਾ ਉਹ ਇਹਨੇ ਲਾਤੇ ਹਾਂਜੀ ਮੈਂ ਤਾਂ ਜਵਾਨੀ ਚ ਤੁਹਾਡਾ ਅੰਗ ਪੈਰ ਦੇਖਿਆ ਆਇਆ ਹੁਣ ਗੱਲ ਨਹੀਂ ਰਹਿ ਗਈ ਰਾਣਾ ਲੇਕਿਨ ਇਹ ਸੀਗਾ ਕਿ ਤੁਸੀਂ ਸ਼ੁਰੂ ਹੋਣਾ ਆਇਆ ਤੇ ਦੰਦਣਾ ਪੈ ਜਣੀਆਂ ਬੰਦੇ ਸਭ ਇਹਨਾਂ ਨੂੰ ਦੱਸੋ ਹਾਂ ਇਹਨੂੰ ਦੱਸੋ ਮੇਰੀ ਸਿਫਤ ਦਾ ਪੁੱਛ ਲੋਟ ਪੋਟ ਹੋ ਜਾਂਦੀ ਸੀ ਦੁਨੀਆ ਵੇਖ ਕੇ ਤੁਸੀਂ ਦੱਸੋ ਵਿਆਹ ਲਓ ਜੀ ਇਹਨਾਂ ਨੇ ਗਾਣਾ ਸ਼ੁਰੂ ਕੀਤਾ ਮੇਰੀਆਂ 5 ਸੋਨੇ ਦੀਆਂ ਅੰਗੂਠੀਆਂ ਤੈਨੂੰ ਦਿੱਤਾ ਪਰ ਤੂੰ ਅੱਜ ਤੱਕ ਟਾਈਮ ਨਾਲ ਬਿੱਲ ਨਹੀਂ ਦਿੱਤਾ ਬਿੱਲ ਤੀ ਇਹ ਕਿਹੜੀ ਗੱਲ ਬਿੱਲ ਤਾਂ ਹੁਣ ਏਸੀ ਉਸੀ ਚੱਲਣ ਲੱਗ ਪਿਆ ਰਾਣਾ ਉਸ ਦੌਰ ਦੇ ਵਿੱਚ ਕਦੋਂ ਏਸੀ ਉਸ ਦੌਰ ਦੇ ਵਿੱਚ ਤੇ ਇਹ ਸੀ ਉਹ ਸੀ ਖੁਸ਼ੀ ਦਿਖਾਈ ਹੈ ਮਨ ਮੈਂ ਤਾਂ ਤੇਰਾ ਇਹ ਨਹੀਂ ਦੇਣ ਦੇ ਸਕਦੀ ਕਿ ਤੂੰ ਇੰਨੀ ਦੇਰ ਦਾ ਮੈਨੂੰ ਯਾਦ ਰੱਖਿਆ ਅੱਜ ਮੇਰਾ ਘਰ ਰਹਿਣਾ ਤੈਨੂੰ ਘਰ ਕਿਹਨੇ ਦੱਸਿਆ ਇਹ ਤੁਸੀਂ ਦੇਖ ਲਓ ਮੈਨੂੰ ਨਾ
ਤੂੰ ਹਾਲੇ ਵੀ ਓਦਾਂ ਦੀ ਨਜ਼ਰ ਆਉਣ ਡਈ ਜਿਹੜੀ ਅੱਜ ਤੋਂ 25 ਸਾਲ ਪਹਿਲੇ ਸੀ ਨਾ ਲੈਣਾ ਇਹਨਾਂ ਨੂੰ ਦੱਸ ਆ ਗੰਡੇ ਦੀਆਂ ਗੰਡਾਂ ਨੂੰ ਦੱਸ ਸਾਨੂੰ ਦੱਸ ਇਹਨਾਂ ਦੱਸ ਮੇਰਾ ਜੋਬਨ ਕਿੰਜ ਦਾ ਅ ਗੰਦੀ ਰਜਾਈ ਨੂੰ ਦੱਸ ਅਸੀਂ ਗੰਡੇ ਦੀਆਂ ਗੰਡਾਂ ਬਕਵਾਸ ਬੰਦ ਕਰ ਲਈ ਤੇਰਾ ਮੈਂ ਗੁਰੂ ਆ ਜੋ ਮਰਜ਼ੀ ਕਹਿ ਸਕਦਾ ਸਾਡੇ ਨਾਲ ਘਟਾ ਕਰਾਈ ਜਾਣ ਦੀ ਰਾਣਾ ਸਾਹਿਬ ਸਾਹਮਣੇ ਰਾਣਾ ਸਾਹਿਬ ਕਿਹੜੇ ਗੈਰ ਨੇ ਪੁਰਾਣੇ ਮੇਰੇ ਆਸ਼ਿਕ ਨੇ ਹਾਂ ਇਹ ਦੇਖੋ ਕਿ ਜਿੱਲੇ ਤੁਰਨਾ ਤੇ ਇੰਜ ਲੱਗਣਾ ਹਰਨੀ ਤੁਰੀ ਜਾਂਦੀ ਐਡੀ ਭਾਰੀ ਸਾਡੇ ਨਾਲ ਨਕਸ਼ ਦੱਸਣ ਦੇ ਜਿਵੇਂ ਹਾਥੀ ਤੁਰੀ ਜਾਣ ਦੀ ਉਸ ਦੌਰ ਦੇ ਵਿੱਚ ਮੈਂ ਆਪਰੇਸ਼ਨ ਕਰਾਉਣਾ ਮੇਰੇ ਕੋਲ 1 ਰੁਪਈਆ ਮੈਨੂੰ ਹਜੇ ਤੱਕ ਵਕਤ ਯਾਦ ਰਾਣਾ ਸਾਹਿਬ ਹਾਂਜੀ ਮੇਰੇ ਕੋਲ 1 ਰੁਪਈਆ ਨਹੀਂ ਸੀ ਹੈਗਾ ਰਾਣਾ ਸਾਹਿਬ ਨੇ ਆਪਣੇ 24 ਦਾ ਸਾਈਕਲ ਵੇਚ ਕੇ ਤੇ ਮੇਰਾ ਆਪਰੇਸ਼ਨ ਕਰਵਾਇਆ ਇਹਨਾਂ ਦੇ ਘਰੋਂ ਨਾ ਕਦੀ ਦਾਣੇ ਮੁੱਕੇ ਨਾ ਕਦੀ ਚੌਲ ਮੁੱਕੇ ਕੋਈ ਮੱਝ ਜਿਹੜੀ ਮੈਂ ਦਿੱਤੀ ਤੁਹਾਨੂੰ ਰਾਣਾ ਨੂੰ ਮੱਝ ਮਰ ਗਈ ਹੈ ਇੱਕ ਹੋਰ ਲੈ ਲੈ ਮੈਂ ਹੋਰ ਦੇ ਦਿਆਂਗਾ ਦੇਖਿਆ ਦੋ ਵੱਡਾ ਦਿਲ ਚਾਰ ਪੰਜ ਨਹੀਂ ਰਾਣਾ ਇੱਕ ਦੇ ਦੇ ਚੰਗੀ ਕਿਉਂਕਿ ਦੋ ਮੰਗਦੇ ਹੁਣ ਜੋ ਬਣ ਨਹੀਂ ਰਿਹਾ ਹੈਗਾ ਅੱਗੇ ਦੇ ਸੀ ਵੀ ਤੈਨੂੰ ਸੱਜਾ ਖੱਬਾ ਕਰਕੇ ਤੇ ਕੋਈ ਜਾਨਵਰ ਚੰਗਾ ਲੈ ਦਿੰਦਾ ਸੀ ਹੁਣ ਤੇ ਰਾਣਾ ਸੱਜੇ ਖੱਬੇ ਦਾ ਵੀ ਟਾਈਮ ਨਹੀਂ ਹੈ ਇਹ ਤੇ ਲੈਣਾ ਹੈ ਵਾਪਸ 12 ਸਾਲਾਂ ਬਾਅਦ ਅੱਲਾ ਨੇ ਸੁਣੀ ਹੈ ਸ਼ੁਕਰ ਹੈ ਖਾਨਦਾਨ ਪੂਰਾ ਇਕੱਠਾ ਹੋਣਾ ਆਪਣਾ ਮੈਂ ਕਹਿੰਦਾ ਨੋਟਾਂ ਚ ਗੱਡ ਦਿਆ ਕਰਾਂ ਮੈਂ ਕਹਿੰਦੀ ਸੀ ਨਾ ਜਗ੍ਹਾ ਲੈ ਦੇ ਆ ਹੁਣ ਤੈਨੂੰ ਮੈਂ 5 ਮਰਲੇ ਜਗ੍ਹਾ ਉਹੀ ਲੈ ਦੇਣੀ ਮੈਨੂੰ ਡੇਟ ਆਂਦਾ ਏਸੀ ਲਵਾ ਕੇ ਜਿਹੜਾ ਤੈਨੂੰ ਵਾਅਦਾ ਕੀਤਾ ਹੋਇਆ ਨਹੀਂ ਡੇਟ ਆਂਦਾ ਨਹੀਂ ਮੈਂ ਕਹਿ ਸਕਦੀ ਹੈਗੀ ਟਾਂਦਾ ਤੈਨੂੰ ਲਵਾ ਦੇ ਨਹੀਂ ਮੈਨੂੰ ਡੇਟ ਆਂਦਾ ਹੀ ਚਾਹੀਦਾ ਮੈਂ ਡੇਟ ਆਂਦਾ ਬੜਾ ਧੋਖਾ ਹੋਣ ਲੱਗ ਪਿਆ ਆਂਦਾ ਮੈਂ ਡੇਟ ਆਂਦਾ ਏਸੀ ਲੈ ਕੇ ਆਈ ਮਨ ਧੋਲਿਆ ਤੇ 9 ਕਿਲੋ ਦਾ ਨਿਕਲਿਆ ਕੁੜੀਆਂ ਹੋਰ ਵੀ ਬੜੀਆਂ ਅੱਛਾ ਇੰਜ ਲੱਗਣਾ ਜਿਵੇਂ ਕਿਸੇ ਨੇ 600 ਵਾਟ ਦੇ ਬਲਬ ਜਗਾ ਦਿੱਤੇ ਮੇਰੀ ਆਰਫਾ ਨੂੰ ਦੇਖਦੇ ਆ ਦਿਲ ਬਦੀਦ ਹੋ ਜਾਂਦਾ ਬੰਦੇ ਦਾ ਮੈਂ ਬੈਂਕ ਵਾਲੇ ਨੂੰ ਕਹਿ ਦਿੱਤਾ ਅੱਛਾ ਹਾਂ ਮੈਂ ਕਿਹਾ ਇਹ ਇੰਨੀਆਂ ਬੜੀਆਂ ਕਾਪੀਆਂ ਜਿਹੜੀਆਂ ਨੇ ਨਾ ਕਿਸਮ ਦਾ ਰਾਣਾ ਰਿਜ਼ਕ ਚਲਾਏਗਾ ਹਾਂਜੀ ਚਾਹ ਪਾਣੀ ਲਿਆਉਂਦੀ ਨਾ ਬਣਾਉਂਦੀ ਜਜ਼ੀਦ ਦੀ ਨੌਂ ਲੱਗਣ ਡਈ ਲੋ ਜੀ ਜਿੱਲੇ ਦਾ ਤੇਰਾ ਨਾ ਖਾਣਾ ਪੀਣਾ ਕੀ ਹੈ ਨਹੀਂ ਮਾਰਨਾ ਜਿਉਂਦੇ ਰਹੋ ਬੋਲੇ ਗਈ ਆ ਕਸਮੇ ਜਿਉਂਦੇ ਰਹੋ ਪੀਣਾ ਕੀ ਹੈ ਜਿਉਂਦੇ ਰਹੋ ਤੁਸੀਂ ਸਾਡੇ ਕੋਲ ਆ ਕੇ ਖਾਣਾ ਪੀਣਾ 3 ਦਿਨ ਤੁਸੀਂ ਸਾਡੇ ਪਰੌਣੇ ਹਾਂ 3 ਦਿਨ ਡਾਂਸ ਹੀ ਕਰਨਾ 3 ਦਿਨ ਤੇ ਡਾਂਸ ਹੀ ਕਰਨਾ ਪ੍ਰੋਗਰਾਮ ਮੈਂ ਤੈਨੂੰ ਮੈਂ ਕਿਹਾ ਸੀ ਨਾ ਅੱਲਾ ਨੇ ਵੱਡਾ ਹੀ ਫੰਕਸ਼ਨ ਦੇਣਾ ਲੈ ਉਸ ਤੋਂ ਬਾਅਦ 3 ਦਿਨ ਮੈਨੂੰ ਜਾਨਵਰ ਰੱਖਣ ਦਾ ਬਹੁਤ ਸ਼ੌਕ ਆ ਹਾਂ ਉਹ ਤਾਂ ਉਸ ਦੌਰ ਤੁਸੀਂ ਰੱਖਦੇ ਰਹੇ ਆ ਘੋੜੇ ਤੇ ਆਉਂਦੇ ਰਹੇ ਲੋ ਜੀ 12 ਸਾਲਾਂ ਬਾਅਦ ਬਾਂਦਰੀ ਸੂਈ ਆ ਬਾਂਦਰੀ ਦਾ ਬੱਚਾ ਹੋਇਆ ਉਸ ਫੰਕਸ਼ਨ ਵਾਸਤੇ ਤੁਹਾਡੇ ਕੋਲ ਬਾਂਦਰ ਦੀ ਖੁਸ਼ੀ ਚ ਨੱਚਣਾ ਬਾਂਦਰੀ ਦੇਖ ਕੇ ਨੀ ਮੈਂ ਉਹਦੀ ਮਾਰ ਚੁੱਕਾ ਉਹ ਮੇਰੇ ਕੱਪੜੇ ਪਾੜ ਦੇਵੇ ਕਿਆ ਬਾਤ ਰਾਣਾ ਸਾਹਿਬ ਸਾਨੂੰ ਬਾਂਦਰ ਚੁਕਾਉਣਾ ਆ ਆ ਸਾਡੇ ਮੂੰਹ ਇਦਾਂ ਦੇ ਵੀ ਅਸੀਂ ਬਾਂਦਰ ਦੀ ਖੁਸ਼ੀ ਦੇ ਵਿੱਚ ਨੱਚੀਏ ਕੈਸੀ ਗੱਲ ਤੁਸੀਂ ਕਰਨ ਡਈ ਏ ਮੈਂ ਤਾਂ ਹੈਰਾਨ ਹੋ ਗਿਆ ਤੁਹਾਡੀ ਗੱਲ ਸੁਣ ਕੇ ਚੁੱਪ ਹੋ ਗਏ ਸਾਰੇ ਨਹੀਂ ਤੁਸੀਂ ਗੱਲ ਹੀ ਅੱਜ ਦੀ ਕੀਤੀ ਆ
ਅਸੀਂ ਬਾਂਦਰ ਦੀਆਂ ਨਹੀਂ ਖੁਸ਼ੀਆਂ ਤੇ ਨੱਚਣਾ। ਨਹੀਂ ਤੁਸੀਂ ਜੰਮਣ ਦੇ ਸਾਨੂੰ ਜਾਣਦਾ, ਦੁਨੀਆ ਸਾਨੂੰ ਜਾਣਦੀ ਆ, ਤੁਸੀਂ ਸਾਨੂੰ ਬਾਂਦਰ ਦੀ ਖੁਸ਼ੀ ਚ ਨਚਾਉਣ ਡਏ। ਨਹੀਂ ਜਿਲੇ ਨਿਆਣਾ ਜੰਮਦਾ ਤੁਸੀਂ ਜਾਂਦੇ ਨਹੀਂ, ਤੇ ਨਿਆਣਾ ਜੰਮਦਾ ਜਾਂਦੇ ਤੇ ਉਹ ਨਿਆਣਾ ਹੀ ਜੰਮਿਆ ਹੋਰ ਵੱਡਾ ਜੰਮਿਆ। ਲੈ ਬਾਂਦਰ ਨੂੰ ਅਸੀਂ ਪੂਰਾ ਗਾਣਾ ਸੁਣਾ ਦਈਏ, ਉਹ ਇਹ ਵੀ ਨਾ ਕਹਿ ਸਕੇ ਵਾਹ ਜੀ ਵਾਹ ਕੈਸੀ ਗੱਲ ਕਰਨ ਡਏ। ਹਾਏ ਹਾਏ ਰਾਣਾ ਸਾਹਿਬ ਮਰੋ ਵੀ ਕਿਤੇ, ਅੰਮੀ ਤੂੰ ਤੇ ਤਰੀਫਾਂ ਦੇ ਅੰਜ ਪੁੱਲ ਬੰਨੇ ਜੀ ਮੇ ਰਾਣਾ ਸਾਹਿਬ ਤੇ ਤਾਂ ਸਹੀ ਫੰਕਸ਼ਨ ਵੇ ਕਿਹੜਾ ਦੇਣਾ ਹੈ। ਬਾਂਦਰ ਦੇ ਬੱਚੇ ਨੂੰ ਮੈਂ ਲੋਰੀ ਵੀ ਨਹੀਂ ਦੇ ਸਕਦੀ, ਮੈਂ ਲੋਰੀ ਦਵਾਂ ਉਹ ਪੁੜ ਕੇ ਚਾਲੀ ਪਤੀਲੀ ਚ ਡਿੱਗ ਪਵੇ। ਖੁਸ਼ੀ ਤੇ ਨਚਾਉਣ ਡਿਆ ਖੁਸ਼ੀ ਨੀ ਪਸੰਦ ਆਈ। ਦਿਨੇ 10 ਵਜੇ ਤੁਸੀਂ ਉੱਥੇ ਪਹੁੰਚ ਜਾਣਾ। ਕਿਉਂ ਦੇ 10 ਵਜੇ ਕੀ ਆ ਹੈ? ਦਿਨੇ 10 ਵਜੇ ਬਾਂਦਰ ਦੀ ਖੁਸ਼ੀ ਚ ਮੈਨੂੰ ਤੇਰੇ ਆਪਣੇ ਨੈਣ ਨਕਸ਼ੋਂ ਜਿਹੜੇ ਲੱਗਣ ਲੱਗ ਪਏ। ਸੋਹਣਾ ਨਿਆਣਾ ਜੰਮਿਆ ਉਹਨੇ, ਲੈ ਦੋਰ ਫਿਟੇ ਮੋਰੇ ਜੰਮਣ ਤੇ ਵੀ ਤੇ ਤੇਰੇ ਖੁਸ਼ੀ ਕਰਨ ਤੇ ਵੀ 12 ਸਾਲਾਂ ਬਾਅਦ। ਉਹ ਤੇ ਘੰਟੇ ਬਾਅਦ ਜੰਮ ਲਓ ਤਾਂ ਵੀ ਲਾਣਾ ਤਾਂ ਉੱਤੇ ਕੈਸੀ ਗੱਲ ਕਰੀ ਜਾਂਦੇ। ਅਸੀਂ ਬਾਂਦਰਾਂ ਦੀ ਖੁਸ਼ੀ ਤੇ ਨੱਚਣ ਵਾਲੀਆਂ ਆ। ਅਸੀਂ ਅੱਲਾ ਦੀ ਮਿਹਰਬਾਨੀ ਨਾਲ ਸਾਡਾ 7 ਅਪ ਜਿੰਨਾ ਨਾ ਆਇਆ, ਜਿੱਥੋਂ ਮਰਜ਼ੀ ਜਾ ਕੇ ਮੇਰਾ ਪੁੱਛ, ਸਾਡਾ ਤਾਂ ਡੇਰਾ ਹੀ ਹੈ। ਪਹਿਲਾਂ ਗਾਣਾ ਤੈਨੂੰ ਭਰਾਉਣਾ ਆ, ਫਰਾਕ ਪਵਾ ਕੇ ਬਾਂਦਰ ਵਾਲਾ ਦੱਸ ਵੀ ਅਸੀਂ ਤਾਂ ਉਹਨਾਂ ਸਾਹਮਣੇ ਬੋਲ ਵੀ ਨੀ ਕਹਿ ਸਕਦੀਆਂ, ਉਹਦੀ ਕੀ ਸਮਝ ਆਉਣਾ। ਚੰਗਾ ਭਲਾ ਬੋਲ ਕਹਿਣਾ ਆ, ਉਹਨੇ ਫੁਲੀਆਂ ਖਾਈ ਜਾਣੀਆਂ। ਲੈ ਦੋ ਫਿਟੇ ਮੁੱਕੇ ਦੀ ਖੁਸ਼ੀ ਤੇ ਜਾਣਾ, 4 ਕੈਮਰੇ ਲੱਗੇ ਹੋਣਗੇ 5 ਲਾ ਲਾ, ਸਮਝ ਲੱਗੀ ਕਿ ਨਹੀਂ? ਦਬਕਾ ਮਾਰਾ ਦਰਖਤ ਤੇ ਚੜ੍ਹਨੇ ਆ, ਲਾਹਨਤ ਆ ਉਸ ਔਲਾਦ ਤੇ। ਇਹ ਆ ਕਿ ਤੁਹਾਡੀਆਂ ਦੋਨੋਂ ਜਿਹੜੀਆਂ ਬੱਚੀਆਂ ਨੇ ਇਹਨਾਂ ਦੇ ਗਾਣੇ YouTube ਤੇ ਅਪਸੀ ਰੱਖਣੇ ਆ। ਕਾਹਦੇ ਨਾਲ ਹੋਵੇ ਹੈ? ਡਿਸਕਵਰੀ ਚੈਨਲ ਤੇ ਚਲਾਉਣਾ ਤੁਸੀਂ ਗਾਣਾ? ਮੈਂ ਸ਼ੁਰੂ ਹੋ ਗਿਆ ਲਵੇ ਮੌਲਾ ਤੈਨੂੰ ਸਾਡੇ ਉਸਤਾਦ ਹੁਣਾਂ ਦੇ ਬਾਜੀਆਂ ਦੇ ਬਟਨ ਚੁੱਕ ਕੇ ਲੈ ਜਾਣ। ਅੰਮੀ ਨੇ ਸਾਡੇ ਕੰਨ ਖਾਦੇ ਪੈ ਰਾਣਾ ਸਾਹਿਬ ਰਾਣਾ ਨਹੀਂ। ਮੈਨੂੰ ਕੀ ਪਤਾ ਹੈਗਾ ਵੀ ਅੱਜ ਕੱਲ ਉਹ ਬਾਂਦਰੀਆਂ ਨੇ ਛਿਲੇ ਕਰਾਉਣ ਡਿਆ। ਅੰਮੀ ਤੂੰ ਤਾਂ ਸਾਨੂੰ ਕਹਿੰਦੇ ਕਿ ਰਾਣਾ ਸਾਹਿਬ ਦਾ ਤਾਂ ਕਾਰੋਬਾਰ ਹੀ ਬਾਦਾ ਆ, ਕਿਹੜਾ ਕਾਰੋਬਾਰ? ਕੁੱਤੀ ਮੈਨੂੰ ਕੀ ਪਤਾ ਆ, ਅੱਗੇ ਫੰਕਸ਼ਨ ਲੈ ਕੇ ਆਉਂਦਾ ਆ, ਅੱਗੇ ਫਿਰ ਇਹਦੇ ਰਾਣਾ ਸਾਹਿਬ ਮਜੇ ਲੈ ਰਹੇ ਪੂਰੇ, ਮੁੰਡੇ ਤੇ ਮਾਈ ਨਹੀਂ ਹੈ ਤੇ ਹੁਣ ਤੈਨੂੰ ਮੌਤ ਪੈਂਦੀ ਆ। ਅੱਗੇ ਤੁਸੀਂ ਪੈਸੇ ਲੈਣੇ, ਤੁਹਾਨੂੰ ਇਸ ਗੱਲ ਨਾਲ ਪੈਸੇ ਲੈਣੇ ਆ? ਅੰਮੀ ਮੁੰਡੇ ਦਾ ਮੂੰਹ ਜੰਮੇ ਤੇ ਮੁੰਡੇ ਦਾ ਮੂੰਹ ਅੰਮੀ ਦੇ ਮੂੰਹ ਚ ਹੋਵੇ। ਹਾਏ ਹਾਏ ਨਹੀਂ ਲਾਨਤ ਆ ਰਹੀ ਤੇਰੇ। ਅਸੀਂ ਲੋਰੀ ਸੁਣਾਈਏ ਮੁੰਡੇ ਦਾ ਮੂੰਹ ਚੁੰਮੀਏ ਤੇ ਮੁੰਡਾ ਸਾਨੂੰ ਨੌਂਦਰਾ ਮਾਰੇ ਅੱਗੇ ਹੋਇਆ। ਅਸੀਂ ਮੁੰਡੇ ਕੋ ਪੈਸੇ ਲੈਣੇ, ਹੁਣ ਮੁੰਡਾ ਦਰਖਤ ਤੇ ਚੜ ਜਾਵੇ। ਅੰਮੀ ਤੈਨੂੰ ਕਹੇ ਜਰਾ ਰਾਣਾ ਮੁੰਡਾ ਮੈਨੂੰ ਫੜਾ ਅੰਮੀ ਦੇ ਵਾਲ ਲੈ ਕੇ ਨਿਕਲ ਜਾ। ਮੈਂ ਕਹਾਂ ਮੁੰਡਾ ਮੈਨੂੰ ਫੜਾ, ਮੁੰਡਾ ਐਡਾ ਤੀਸਰੀ ਚ ਪੜਦਾ। ਲਓ ਜੀ ਝੰਡ ਤੁਸੀਂ ਨਾ ਆਪ ਮੁੰਡਾ ਫੜ ਕੇ ਲਵਾਉਣੀ ਆ। ਸਾਨੂੰ ਤੁਸੀਂ ਸਾਈ ਲੈ ਕੇ ਆਏ ਆ, ਮੈਂ ਕਿਹਾ ਕੋਈ ਭਾਣਜਾ ਹੋਇਆ ਹੋਣਾ, ਕੋਈ ਭਤੀਜਾ ਹੋਇਆ ਹੋਣਾ, ਲਬਾਂਦਰ ਹੋਇਆ ਆ। ਇਹਦਾ ਪਤਾ ਨੀ ਬਾਂਦਰੀ ਨੇ ਤਾਂ ਲੱਗਾ ਐਡਾ ਫੰਕਸ਼ਨ ਕਰਾਉਣ ਵਾਲਾ ਹੈ। ਕੈਸਾ ਸ਼ਤਰੰਜ ਦੇ ਘੋੜੇ ਵਰਗਾ ਮੂੰਹ ਆ, ਤੇਰੀ ਚੋਣੀ ਅਕਲ ਆਉਂਦੀ ਹੈਗੀ ਨੱਚਦੇ ਕਿ ਬਾਂਦਰਾਂ ਦੇ ਨੱਚਦੇ ਆ? ਜਿੱਥੇ ਅੱਜ ਮਤਲਬ ਪੈਸਿਆਂ ਦੀ ਗੱਲ, ਪੈਸੇ ਨੂੰ ਗੱਲ ਕਰੀ ਜਾਣ ਡਿਆ ਆ। ਕੱਲ ਸਾਨੂੰ ਪੈਸੇ ਦੇ ਕੇ ਆਏਗਾ ਵੀ ਉੱਥੇ ਲਗੜ ਪਗੜੇ ਤੇ ਘਰ ਜਾਣਾ ਆ, ਅਗਲਾ ਮੈਨੂੰ ਪਾੜ ਕੇ ਰੱਖ ਦੇਵੇ। ਮੈਨੂੰ ਉਮੀਦ ਨਹੀਂ ਸੀ ਮੈਨੂੰ ਘਰ ਆਇਆ ਨੂੰ ਤੁਸੀਂ ਏਦਾਂ ਕਰਨਾ ਮੇਰੇ ਨਾਲ। ਮੈਨੂੰ ਵੀ ਉਮੀਦ ਨਹੀਂ ਸੀ ਵੀ ਤੇਰੀ ਬਾਂਦਰਾਂ ਨਾਲ ਰਿਸ਼ਤੇਦਾਰੀ ਆ। ਬਾਂਦਰਾਂ ਨਾਲ ਰਿਸ਼ਤੇਦਾਰੀ ਆ ਨਾ ਸਾਹਿਬ, ਪੈਸੇ ਦਾ ਰੋਪ ਕਿਸੇ ਹੋਰ ਨੂੰ ਦਿਓ। ਆ ਸਾਡੇ ਪੈਸੇ ਪੈਰਾਂ 'ਚ ਰੁਲਦੇ ਫਿਰਦੇ ਨੇ ਪੈਸੇ ਹੀ ਪੈਸੇ ਪਿਆ। ਆ ਮੈਂ ਰੁਪਈਆ 10,000 ਤੇ ਆਉਂਦਾ ਹੀ ਸੁੱਟਦਾ ਨਹੀਂ, 10,000 ਰੁਪਈਆ ਤੇ ਆ ਮੇਰੇ ਸਮੇਤ ਨਹੀਂ ਬਣਦਾ ਹੈਗਾ। ਆ ਲੈ ਜਾ ਪੈਸੇ ਆਪਣੇ, ਜਾ ਬਾਂਦਰਾਂ ਵਾਸਤੇ ਲੈ ਕੇ ਜਾ, ਬਾਂਦਰਾਂ ਵਾਸਤੇ ਪਟੇ ਲੈ ਕੇ ਜਾ, ਸੰਗਲੀਆਂ ਲੈ ਕੇ ਜਾ। ਫਿਟੇ ਮੂੰਹ ਤੇਰੇ ਫੰਕਸ਼ਨ ਦੇਣ ਤੇ ਨਹੀਂ, 2 ਮਿੰਟ ਤੁਸੀਂ ਕੁੱਛੜ ਚੁੱਕਣਾ। ਕੁੱਛੜ ਕਹਿੰਦੇ ਚੁੱਕਣਾ? ਸਾਡਾ ਦੋਤਾ ਆ, ਅਸੀਂ ਉਹਨੂੰ ਅੱਗ ਲਾਉਣੀ ਆ, ਉਹਦਾ ਪੇੜਾ ਕਰਕ ਹੋ ਜਾ ਐਸੇ ਪੁੱਤ ਦਾ। ਬਾਂਦਰ ਦਾ ਅੰਮੀ ਕੁੱਛੜ ਚੱਕੇ, ਅੰਮੀ ਦੀ ਮੈਂ ਕੁੱਛੜ ਚੁੱਕਾ, ਅਗਲਾ ਫੜ ਕੇ ਪੰਜਾ ਮੇਰੇ ਮਾਰ ਕੇ ਮੇਰੀ ਅੱਖ ਬਾਹਰ ਕੱਢ ਦੇਵੇ। ਦੋ ਫਿਟੇ ਮੂੰਹ ਤੇਰੀ ਔਲਾਦ ਤੇ ਅੰਮੀ ਕੁੱਛੜ ਨਾ ਚੁੱਕੀ, ਦੰਦੀ ਬਹੁਤ ਭੈੜੀ ਵੱਢਦਾ। ਮੈਂ ਤਾਂ ਮੈਂ ਕਦੀ ਵੀ ਨਾ ਚੁੱਕਾ ਨਹੀਂ। ਬਕਵਾਸ ਕਰਦੀ ਆ ਤੂੰ,
जिदा का जमया खुसरे भी तो उदा ही लेना केड़े खुसरे मेरी गल सुन लो मैं कहनी राणा हुण बक 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 मेरे नाल उच्ची जबान नाल गल नहीं करनी मैं चौके ला जड़ियां आ दोनों ही चुक भी ला जांदा नहीं तेनूं पता नहीं बेटे जिड्डा हैगा ने चुक भी लैणी आ बकवास करने आ तू जा काम कर अपने जा के मैं वापस नहीं हूं मोड़नी आ दोनों वापस क्यों नहीं मोड़नी देख आ फड़ ले लै चलदे ने छड़ दे छड़ दे मैं तेनूं कही आ गई रारा मेरा 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 ब्लड प्रेशर हाई ना कराम ए तेरे टुटियां चूड़ियां दसल गईयां फिर टुटियां दसल गईयां मैं तेरे टुटियां तू भी हाथ छड़ाला नहीं मर तेरा बंदर भी फुड़के नहीं दिखा सकते किनू दसीए साजी तुसी जा सकते हो अच्छा हां मेरा बंदर दा फंक्शन लैके आया मुंडे सी जिले ओदी साल दी सालगिरह होनी है उदो भी तुसी आउणा है असी नहीं आउणा हैगा हाए मैं मर जानी तेरे नैन नक्शी सलामती वाले नहीं बताणा लवे मार करने आ चार साल तो साडा दिमाग खान डई है राणा मिलाउणा राणा मेनू की पता मैं जिन्हें फंक्शन किए सारे मुंडे का किया मेनू की पता भी अज फंक्शन सारी जवानी कटी तेन सारा ही पता सुनिए बंदर ने बच्चा दिता कल कुत्ती सूपेगी सानू लैन आ जाएगा परसों किसी घोड़ी सूपेगी मैं लैन आ जाएगा तू चंगा सानू जानवर जोगा रखे लो जी जिले आने ना नानके बंदर अल्लाह मरे भी राणा अल्लाह मरे ओदे नानके नानके की लैके हुण बड़े फुले लैके आ जाणगे बांदर ते बुलाउंदे आ सानू अम्मी नानकियां नूं मिले अम्मी दे भांजा होया अज तू कहण दे अम्मी नानकियां नूं मिले कल नूं कहिंदी मिलनी वी अम्मी घरे है जिदन पहला दंदा उन्हें कढ़ना ना ते उधर मैं तेनू सदना आ सारे खानदान तू दसा लो जी माशाल्लाह मुंडे ने पहली दंदी कढ़ ली मैं पहली कढ़नी आके बकवास अपनी राणा बंद कर ला मैं तेन दस दवा तेरा साडा किस दौर च तलक रहा मैं खोल दू सब कुछ मैं बांदर ते बुलाउंदा हुंना तेरे साडे चार मेले चंगे लंघे होए आ मैं भी कह रही चंगा टाइम लगा ते हुण मुंह ना बच्चियां बैठियां सामने छड दे राणा मेरी गल नूं समझ में की कह रहा राणा मैं नहीं नचदी मैं बांदरां दे नहीं नचदी मैं किद्दां नचांगी राणा बांदर किला खड़ाउण लग पैणा तुहाडी अम्मी आ हां जी राणा वक्त तेरा हक नहीं बनदा हुण इदां दी गल करना
ਸਮੇਂ ਲੱਗੀ ਕਿ ਨਹੀਂ ਤੈਨੂੰ ਖੁਸਰਾ ਚਾਹੀਦਾ ਨਾ ਆ ਮੈਂ ਭੇਜ ਦਿੰਦਾ ਆ ਲੈ ਜਾ ਬਾਬਾ ਡੇਢ ਹਫਤੇ ਬਾਅਦ ਵਾਪਸ ਖਰਾਬ ਖੁਸਰਾ ਕੋ ਕਿਹੜਾ ਆ ਜਿਹੜਾ ਡੇਢ ਹਫਤੇ ਬਾਅਦ ਚੱਲ ਪਮਾ ਆ ਗਿਆ ਲਈ ਰੱਖ ਲੈ ਖਰਾਬ ਖੁਸਰਾ ਦਾ ਗੁਣਾ ਸੋਹਣਾ ਨੱਚ ਵੀ ਲੈਂਦਾ ਇਹ ਇਹਨੂੰ ਲੈ ਜਾ ਤੈਨੂੰ ਨਹੀਂ ਜਾਣਾ ਮੈਨੂੰ ਕਿਉਂ ਜਾਣਾ ਕੀ ਗੱਲ ਛੱਤਾਂ ਬਦਲਾਉਣੀ ਆ ਤੂੰ ਅਸੀਂ ਫੰਕਸ਼ਨ ਕਰਾਉਣਾ ਹੀ ਕਰਾਉਣਾ ਤੇ ਮੈਂ ਨਾ ਬੱਚੀ ਜਿਹੜੀ ਹੈ ਇਹ ਅੱਜ ਹੀ ਲੈ ਜਾਣੀ ਹੈ ਸੱਚਨ ਦੇ ਨਾਲ ਆਏ ਅੰਮੀ ਰਾਣਾ ਸਾਹਿਬ ਦਾ ਹੱਥ ਬੜਾ ਸਖਤ ਆ ਹਾਂ ਪਤਾ ਮੈਨੂੰ ਹੱਥ ਬੜਾ ਸਖਤ ਆ ਬਕਵਾਸ ਬੰਦ ਕਰਾਣਾ ਅਸੀਂ ਫੰਕਸ਼ਨ ਨੀ ਕਰਦੇ ਮੈਂ ਫੰਕਸ਼ਨ ਨੀ ਕਰਨਾ ਰਾਣਾ ਤੈਨੂੰ ਮੈਂ ਦੱਸ ਮੈਂ ਇੱਥੇ ਗੱਲ ਵੱਧ ਜਾਣੀ ਆ ਇਸ ਤੋਂ ਪਹਿਲਾਂ ਨਾ ਕੰਮ ਖਰਾਬ ਹੋ ਜਾਣਾ ਮੇਰੇ ਕੋਲ 100 ਬੰਦਰ ਆ ਮੈਂ ਲਿਆ ਕੇ ਸਵੇੜੇ ਚ ਸਾਰਾ ਛੱਡ ਦੇਣਾ ਅਸੀਂ ਬੰਦਰ ਆ ਅਸੀਂ ਬੰਦਰ ਆ ਮੈਂ ਕਰਦਾ ਮੁੰਡੇ ਨੂੰ ਫੋਨ ਮੁੰਡਾ ਡਾਲੇ ਭਰ ਕੇ ਤੇ ਬਾਂਦਰਾਂ ਦੇ ਸਾਰੇ ਘਰ ਛੱਡੋ ਇਸ ਤੋਂ ਪਹਿਲਾਂ ਨਾ ਬਹੁਤ ਕੰਮ ਵੱਧ ਜਾਣਾ ਆ ਤੇਰਾ ਹੱਕ ਨੀ ਬਣਦਾ ਮੇਰੇ ਸਾਹਮਣੇ ਅੱਖਾਂ ਚੁੱਕ ਕੇ ਗੱਲ ਕਰਦਾ ਮੇਰੀ ਗੱਲ ਨੂੰ ਸਮਝ ਤੇਰੀ ਗੱਲ ਕਰ ਰਾਣਾ ਕਹਿਣਾ ਮੇਰੇ ਨਾਲ ਅੱਖ ਨਾ ਚੁੱਕ ਦੱਬ ਜਾਂਦੇ ਵਿਚਾਰੇ ਦੱਬ ਜਾਂਦੇ ਮਜਬੂਰੀ ਹੈ ਆਪਣੀ ਮਰਜ਼ੀ ਨਾਲ ਮੂੰਹ ਮਾਰਦੀਆਂ ਕੰਮ ਖਰਾਬ ਹੋ ਜਾਣਾ ਮੈਂ ਪੂਰੇ ਖਾਨਦਾਨ ਨੂੰ ਮੂੰਹ ਦਿਖਾਉਣਾ ਮੈਂ ਕਹਿਤਾ ਤੇਰਾ ਕਿ ਤੂੰ ਆ ਰਿਹਾ ਯਾਰ ਕੰਮ ਹੀ ਛੱਡ ਦਿੱਤਾ ਆ ਕੰਮ ਨਾ ਕਰਦੀ ਨਹੀਂ ਹੈ ਜੀ ਹਾਂ ਤੂੰ ਵੀ ਤਾਂ ਕਹਿਤਾ ਹੈ ਮੈਂ ਪੰਜ ਗਾਣੇ ਕਰ ਲਈ ਬਸ ਲੈ ਪੰਜ ਗਾਣੇ ਮੈਂ ਤਾਂ ਇੱਕ ਇੱਕ 27 ਨਹੀਂ ਇੰਨਾ ਕਰੀ ਬੋਲ ਨਹੀਂ ਕਰਾਂ ਮੇਰੇ ਕੋਲੋਂ ਮੇਰਾ ਮੂੰਹ ਨਾ ਖਰਾ ਦੇ ਹੁਣ ਮੈਂ ਤੈਨੂੰ ਦੱਸਣ ਡਿਆ ਤੂੰ ਰਣਾ ਮੂੰਹ ਖੋਲ ਹੀ ਲੈ ਜਿਹੜਾ ਮੂੰਹ ਖੋਲ ਚੁੱਪ ਕਰ ਲਈ ਅੱਜ ਵੇਖੀ ਬਕਵਾਸ ਬੰਦ ਕਰ ਖੋਲ ਦੇ ਮੂੰਹ ਖੋਲ ਨਾ 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 ਖੋਲ ਨਾ ਨਹੀਂ ਨਹੀਂ ਖੋਲ ਕੇ ਦਿਖਾ ਮੂੰਹ ਵੇਖੀ ਤਾਂ ਸਹੀ ਕੀ ਆ ਬਕਵਾਸ ਬੰਦ ਕਰ ਹਾਂ ਨਾ ਨਹੀਂ ਬੋਲਦੇ ਤੈਨੂੰ ਆਪਣਾ ਡਰ ਪਿਆ ਵਾ ਇਹਦੇ ਨਾਲ ਬਾਂਦਰ ਖੁਲਾ ਲਓ ਮੂੰਹ ਨਾਲ ਨਹੀਂ ਰਾਣਾ ਸਾਹਿਬ ਦਾ ਮੂੰਹ ਨਾ ਖਲਾ ਕੇ ਤੇ ਮੂੰਹ ਤੇ ਬਾਂਦਰ ਮਜ਼ਾ ਨਹੀਂ ਆ ਰਿਹਾ ਅਸੀਂ ਫੰਕਸ਼ਨ ਨਹੀਂ ਕਰਨਾ ਹੈਗਾ ਸਿੱਧਾ ਸਾਹਿਬ ਸਾਡੇ ਵੱਲ ਜਵਾਬ ਆ ਬਾਂਦਰ ਬਾਂਦਰ ਕਰੀ ਜਾਣਦੇ ਆ ਅਸੀਂ ਤੇਰੀ ਵਿਹੜੇ ਵਰਗੀ ਸ਼ਕਲ ਆ ਅੱਲਾ ਮਰੇ ਤੇਰਾ ਬਾਂਦਰ ਵੀ ਤੇ ਰੱਖਣ ਵਾਲੇ ਵੀ ਫੁੱਟਣ ਅਸੀਂ ਬਾਂਦਰਾਂ ਦੇ ਨੱਚਣ ਜੋਗੀਆਂ ਰਹਿ ਗਈਆਂ ਕਿੱਦਾਂ ਦੇਖ ਰਹੇ ਨੇ ਬਾਜੀ ਬਕਵਾਸ ਕਰ ਰਹੇ ਆ ਤੂੰ ਨਹੀਂ ਆਈ ਜਿੰਦੇ ਨੱਚਣਾ ਬਾਂਦਰ ਤੇ ਨੱਚਣਾ ਅਮੀ ਤੇਰਾ ਤਲਕ ਦੇਖ ਲਿਆ ਹੁਣ ਮੈਂ ਤਲਕ ਮੇਰਾ ਮੈਂ ਬੜੀ ਉਸ ਵਾਸਤੇ ਪੈਪਸੀ ਚੁੱਕੀ ਫਿਰਦੀ ਆ ਜੱਟ ਸਾਹਿਬ ਨੂੰ ਫੋਨ ਕਰਾਂ ਤੇ ਵੇਖ ਕੈਸੀਆਂ ਮੂੰਹ ਤੇ ਚਪੇੜਾ ਪੈਂਦੀਆਂ ਨੇ ਜੱਟ ਨੂੰ ਫੋਨ ਕਰ ਮੈਂ ਕਰਦੀਆਂ ਚੀਮਿਆਂ ਨੂੰ ਫੋਨ ਟਰਾਲੀ ਭਰ ਕੇ ਹੁਣ ਨਾ ਨਾ ਬੰਦਿਆਂ ਦੀ ਆਈ ਤੇਰੀ লাশ ਕੱਢਣੀ ਤੇਰੇ ਟੋਟੇ ਕੱਢਣੇ ਇੰਨੀਆਂ ਚਪੇੜਾ ਇੰਨੀਆਂ ਚਪੇੜਾ ਤੇਰਾ ਮਰਦਾਂ ਰੱਖ ਨਹੀਂ ਦੇਣਾ ਹੈਗਾ ਤੂੰ ਸਾਨੂੰ ਬਾਂਦਰਾ ਚੋਗਾ ਰੱਖਿਆ ਬਾਂਦਰਾ ਤੇਰੇ ਘਰ ਆਣਾ ਮੂੰਹ ਤੇ ਚਪੇੜਾ ਪੈਣੀਆਂ ਕਿ ਮੂੰਹ ਰੋਟੀ ਵਰਗਾ ਕਰ ਦੇਣਾ ਸ਼ਕਲਾਂ ਦੇਖੋ ਆਪਣੀਆਂ ਆਪਣੀਆਂ ਬੇਇੱਜ਼ਤੀ ਆ ਜਾਣਗੇ ਹੁਣ ਦਰਬਾਰ ਲਈ ਫਿਰਦਾ ਤੂੰ ਤੁਸੀਂ ਬਾਂਦਰਾਂ ਦੇ ਤਾਂ ਜੰਮਣ ਦੇ ਨੱਚਣ ਵਾਲੀਆਂ ਹੋਰ ਨਿਆਣੇ ਦੇ ਜੰਮਣ ਦੇ ਨੱਚਣੀਆਂ ਛੱਡ ਕੇ ਮਾਰ ਤਾਂ ਕਰਦੇ ਭਾਈ ਪਿੰਡ ਦੇ ਵਿੱਚ ਬਕਵਾਸ ਕਰਦੀ ਤੂੰ ਪਰੇ ਹੋ ਜਾਣੀ ਤੂੰ ਮੇਰੀ ਧੀ ਆ ਮੈਨੂੰ ਤੇਤੋਂ ਖੌਫ ਆਉਣ ਡਿਆ ਚਲ ਚਲ ਜਾ ਚੱਲ ਦਰਵਾਜ਼ਾ ਲਾ ਜਾ ਕੇ ਖੁੱਲਾ ਰਹਿਣ ਮੈਂ ਵੇਖਦੀ ਕਿਹੜਾ ਆਉਂਦਾ ਹੋਣਾ ਬਕਵਾਸ ਕਰਨ ਡਏ ਸ਼ਕੀਨੀਆਂ ਨਹੀਂ ਮੁਕੀਆਂ ਸਾਰੀ ਜ਼ਿੰਦਗੀ ਏਡੇ ਮਾੜੇ ਮਾੜੇ ਇਸ ਮਾਈ ਨੇ ਤਲਕ ਬਣਾਏ ਨੇ ਸਾਡੇ
ਤੇਰਾ ਰਵੇ ਡੰਗ ਨਾ ਸਾਡਾ ਕੋ ਵਾਦਾ ਟਾਟਾ ਹੋ ਜਾਂਦਾ ਕੋਣ ਜ਼ਿੰਮੇਦਾਰ ਸੀਗਾ ਐਡਾ ਕਿਤੇ ਲੈਮਰ ਜਣ ਰੁਪਈਆ 500 ਸਿੱਟ ਕੇ ਤੇ ਸਾਰਿਆਂ ਨੂੰ ਜਾਣ ਫਿਰਨਦੇ ਆ ਗਾਣੇ ਸਵਾਦ ਜਾਂਦੇ ਆਂਦੇ 500 ਸਿੱਟ ਕੇ ਐ ਸੁਣ ਜਣੇ ਨੋਟਾਂ ਦੀਆਂ ਬੋਰੀਆਂ ਸੁੱਟ ਗਿਆ ਇਥੋਂ ਮੈਂ ਕਿਹਾ ਪਤਾ ਨਹੀਂ ਕੋ ਗੁਰਬਤਾ ਦੂਰ ਕਰਨ ਵਾਲਾ ਕੋ ਆ ਜਿਹੜਾ 5000 ਤੈਨੂੰ ਅੰਮੀ ਦਿੱਤਾ ਉਹ ਵੀ ਤੇਰੇ ਬੈਗ ਚੋਂ ਕੱਢ ਕੇ ਲੈ ਗਿਆ ਜੀ 5000 ਰੁਪਈਆ ਕਿਹਨੇ ਤੂੰ ਆ ਕਿੱਥੇ ਗਈ ਸੀ ਉਦੋਂ ਹੈ ਇੰਨੇ ਤੇ ਮਰ ਜਾਣੇ ਨੇ ਕੱਢ ਕੇ ਪਾਇਆ ਮੂਰੇ ਆ ਗਈ ਨੀ ਕੁੱਡਾ ਪਾ मजेदार मतलब जिहड़ी ओह लंबी वाली सी ना जिहड़े अजे खड़े सीगे आखरी दे विच मैनूं ओह ना असली वाले ओह खुआर सरा लग रही सी मैं कहने लगी सी कि आई थिंक ओह नहीं असली ते ओह भी नहीं सी असली ते ओह भी नहीं सी बट लग रही सी असली बहुत ज्यादा नहीं पर मैनूं हो सकदा क्योंकि म्यूजिक करके खिचवा कम तो जो बट मोस्ट वीडियो मैं लगता है कि अज राणा साहब ते तस्लीम साहब दी सी बाकी काम घट सी जिहड़े उन्हां दे जिहड़े पार्टनर हुंदे ने नाम मैं फिर भुल जाना वो उन्हां दा रहा कि अपने एक्सप्रेशन ते पूरा अपना पूरे वाल लचक लुचक पूरी अपना वो वाला डांस वाला पूरा हिसाब उन्होंने ओके रखिया बट मेन सीगा कि जिहड़ा आखिर दे विच वो भी कुछ नहीं बोल पाए अम्मी दी असीगे ना उन्हां कोल राज सीगे ना कुछ मूंह ना खलाओ कहिंदे मेरा कहिंदे ना राणा मैं कहिंदे काम ही छड़ता राणा राणा मैं काम ही छड़ता अच्छा बहुत प्यारा बोल रहे सी राणा राणा मुंह चो निकले होया बहुत प्यारा लग रहा सी बहुत अच्छी वीडियो थी यार गेट अप तो लेके इस वीडियो दे स्टार्ट तो लेके इस वीडियो दे एंड तक बट राणा साहब जदों आए सीगे ना भाजी तुसीं इन्ने ज्यादा सोहणे लग रहे सी ना हाय जी सद के मतलब तुसीं सच्ची बहुत सोहणे लग रहे और मैं एक चीज़ मेंशन करना चाहती हाँ कि जदों कोई आर्टिस्ट अपना कम करता ना कम सिर्फ उन्हां दी फिजिकल अपीयरेंस या उन्हां दे एक्ट तो नहीं आती जे एफर्ट्स देखे जाए ना भाजी जदों आए सीगे पूरा कोरा कुर्ता पा के आए सीगे पानी दी छिट भी नहीं सी नज़र आ रही पर ओ पूरा होंदे 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 मोढ़ियां तक कुर्ता गिला हो गया सी ते ओ दे नाल जो है बंदा एक अंदाजा ला सकदा है कि वाकई ये बंदा कितनी मेहनत कर एफर्ट करना पैंदा जी एफर्ट करना पैंदा आउटडोर दे विच तुसी परफॉर्म कर रहे हो ते उच मेहनत होंदी है इतना आसान काम नहीं होंदा कोई कमेंट च ए ना कह दवे कि भाई गर्मी बहुत होएगी तो पसीना निकल रहा सी ठीक है ना ए ना कोई कहे पर बहुत एंटरटेनिंग वीडियो मैं ये कहूंगी असी ख्वाजा सर उन्हां दी वीडियो सलीम अलवेला भाजी दे चैनल तो भी एक बारी बनाई सी जदों स्कूल जांदे ख्वाजा सर नूं पढ़ाउण वास्ते ओ वीडियो बनाई सी ते ए वीडियो बनाई है ते हसबे हाल दी भी बनाई है आई थिंक इहदा लास्ट वाला लास्ट वीडियो वाला कमेंट अच्छा है कि जेड़े जेड़े मर्द हजरात ने जेड़े मर्द ने जेड़े ओ ज्यादा अच्छा रोल कर देखो हाँ, मैं पिछली वीडियो विच किया सी के जेड़े मेन मर्द हजरात जेड़े होंदे ने ओ ज्यादा वधिया कर देखो ज्यादा सोने लगदे है चलो और मैं इन्हां नूं कहनी जिवें मैनूं मैं अदरवाइज भी डॉक्यूमेंट्री वगैरह देखती रहनी हाँ ख्वाजा सर उन्हां ते तो मैनूं बहुत मतलब वधिया लगता उन्हां बारे जान के कि हाँ भाई सारिआं दी अपनी अपनी एक लाइफ हुंदी है गुरु किवें बणदे है ओह अगे अपने जो है मतलब किवें सिखांदे है सारिआं नूं ते ओह भी इक कला है रब ने उन्हां नूं सानूं सारिआं तों वखरा बनाया पर सारा तों सोहणा बनाया मैं इह जरूर कहूंगी ते तस्लीम साहब इह तूं इन्ने क्यूट लग रहे सी कि ना इतना प्यारा जिहा टेडी बेयर छोटा छोटा टेडी बेयर बहुत बहुत वधिया ते सानू इन्ना सोहना एंटरटेनमेंट देन लई तुहाडा बहुत बहुत शुक्रिया राणा पाजी और तुहाडी पूरी टीम नू ते उम्मीद कर दिया गाइस कि ए वाली जिहड़ी वीडियो सी ओह तुसी भी बहुत इंजॉय करोगे तो जे तुहानू मजा आया वीडियो देखे प्लीज सानू कमेंट सैक्शन च जरूर दस्यो की पसंद आया केड़े सैगमेंट च पसंद आया केड़े मिनट च पसंद आया वो भी जरूर दस्यो ते हाल फिलहाल सानू दो इजाजत लेके हाजिर होने अगली वीडियो अपना ध्यान रखो खुश रहो सेहतमंद रहो तंदुरुस्त रहो दुआ में सानू याद रखो असी तुहानू याद रखांगे कोई भी किसी बांदर जम्मे ते कोई सरां नू ना बुलावे नहीं तो छित्तर खाओगे तुसी बाकी मिलने अगली वीडियो विच ते तद तक लई सत श्री अकाल ते खुदा हाफिज़